Ja, dat ben ik graag doen. Hier loop je lekker doen. Hallo, dank je, Roze. Dank je wel, ik heb. ਅਸਲਾਮ ਵਾਲੇਕਮ ਸੰਗੀਓ ਅਤੇ ਬੀਲੀਓ, ਕੀ ਹਾਲ ਹੈ? ਹਕੀਮ ਮੁਹੰਮਦ ਇਜਾਜ਼ ਅਲੀ ਤੁਹਾਡੀ ਖਿਦਮਤ 'ਚ ਹਾਜ਼ਰ। ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ, ਔਰ ਮੈਂ ਇਸ ਟਾਈਮ ਇਮਾਮਿਆ ਕਲੋਨੀ ਫਲਾਈਓਵਰ ਦੇ ਬਿਲਕੁਲ ਐਨ ਸੈਂਟਰ ਪਿੱਛੇ ਦੀਵਾਰ ਦੇਖ ਰਹੇ ਹੋ। ਇਹਦੇ ਪਿਛਲੀ ਸਾਈਡ 'ਤੇ ਜਿਹੜਾ ਮੇਰੇ ਫਾਟਕ ਔਰ ਅਸਫਾਲਟ ਦੀ ਤਿਆਰੀ ਸ਼ੁਰੂ, ਜਿਹੜਾ ਕੱਲ੍ਹ ਬਣਿਆ ਅਸਫਾਲਟ ਤਿਆਰ ਹੋਇਆ, ਯਾਨੀ ਕਿ ਉਹਦੇ 'ਤੇ ਅੱਜ ਵੀਡੀਓ ਵਲੌਗ ਤਿਆਰ ਹੋਏਗਾ। ਅਤੇ ਕਰੀਏ ਸ਼ੁਰੂ ਅੱਜ ਲੈ ਕੇ ਬਿਸਮਿਲ੍ਲਾ ਰਹਿਮਾਨ ਰਹੀਮ। ਵਲੌਗ ਸ਼ੁਰੂ ਕੀਤਾ ਜੀ ਇਹਨਾਂ ਦਾ ਨਾਂ ਲੈ ਕੇ ਬਿਲਕੁਲ ਸਟਾਪ ਤੋਂ, ਅਤੇ ਸ਼ਕੜਗੜ੍ਹ ਜਾਂ ਸਿਆਲਕੋਟ ਦੀ ਆ ਜੇ ਇਸ ਇਲਾਕੇ ਦੀ ਗੱਡੀ ਖੜ੍ਹੀ ਸੀ, ਸਵਾਰੀਆਂ ਲਹਿੰਦੀਆਂ ਚੜ੍ਹਦੀਆਂ ਪਈਆਂ ਸਨ, ਜੋ ਵੀ ਕਿਤੇ ਚੜ੍ਹਦੀਆਂ ਲਹਿੰਦੀਆਂ ਤਾਂ ਨਹੀਂ। ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਮਾਮਿਆਂ ਕਲੋਨੀ ਫਲਾਈਓਵਰ ਜਿੱਥੇ ਸਟਾਰਟ ਹੋ ਰਿਹਾ, ਪਿੱਛੇ ਰੈਂਪ ਤੋਂ ਪਿੱਛੇ ਜਿਹੜੀ ਸੜਕ ਉਹ ਇਹ ਥੋੜ੍ਹਾ ਜਿਹਾ ਅੱਗੇ ਚੱਲੀ ਹੈ, ਮਸ਼ੀਨ ਖੋਲਦੀ ਇਹ ਨਾ ਪਤਾ ਨਹੀਂ ਕਾਹਦਾ ਪੁੱਟ ਪੁੱਟ ਜਿਹਾ ਕੀਤਾ, ਜ਼ਰਾ ਇਹਦੇ 'ਤੇ ਜ਼ਰਾ ਸੁਰਤ ਲਗੇ ਕੀ ਕਰਦੇ ਪਏ ਨੇ, ਫਿਰ ਅੱਗੇ ਵਲੌਗ ਤਿਆਰ ਕਰਦੇ ਚੱਲਾਂਗੇ। ਅੱਛਾ ਜੀ, ਇਹ ਜਨਾਬ ਜਿਹੜੀ ਕਰ ਰਹੇ ਨੇ ਸੂਈ ਗੈਸ ਦਾ ਜਿਹੜਾ ਨਾ ਕਨੈਕਸ਼ਨ ਬਹਾਲ ਕਰ ਰਹੇ ਨੇ, ਯਾਨੀ ਕਿ ਵਾਧਾ ਘਾਟਾ ਹੋਇਆ ਹੋਣਾ ਨਾ, ਅਤੇ ਉਹਦੇ 'ਤੇ ਕੰਮ ਹੋ ਰਿਹਾ। ਵਰਕਆਊਟ ਔਰ ਸਟਾਫ ਕ੍ਰਾਸ ਕਰਦੇ ਨਾਲ ਹੀ ਥੋੜ੍ਹਾ ਜਿਵੇਂ ਕੋਈ ਨਾ ਕਿੱਲਾ ਕੋ ਕੇ ਆ ਜਾਈਏ, ਅਤੇ ਜਨਾਬ ਲਿਆ ਇਹਨਾਂ ਨੂੰ ਟੋਇਆ ਮਾਰਿਆ, ਅਤੇ ਵਾਹ ਵਾਹ ਗੁੱਦਾ 12 ਫੁੱਟ ਥੱਲੇ 'ਚ ਬੈਠੇ ਨੇ ਜਵਾਨ। ਗਰਮੀ ਵੀ ਆਪਣਾ ਜ਼ੋਰੋ ਸ਼ੋਰ 'ਤੇ, ਔਰ ਅੱਲਾ ਪਾਕ ਸਾਰਿਆਂ ਦਾ ਰਹਿਮਤ ਕਰੇ ਸਾਰਿਆਂ 'ਤੇ, ਆਮੀਨ। ਅੱਛਾ ਜੀ, ਥੋੜ੍ਹਾ ਅੱਗੇ ਆ ਕੇ ਅਤੇ ਸਾਹਮਣੇ ਫਲਾਈਓਵਰ ਸ਼ੁਰੂ ਹੋ ਗਿਆ ਮਾਮਿਆਂ ਕਲੋਨੀ, ਅਤੇ ਇਹ ਥੱਲੇ ਕੱਚਾ ਰਸਤਾ, ਇਹ ਵੀ ਇਨਸ਼ਾਅੱਲਾ ਇਹਦਾ ਥੋੜ੍ਹੇ ਦਿਨਾਂ ਤੱਕ ਅਸਫਾਲਟ ਪੈ ਜਾਏਗਾ। ਅਲਹਮਦੁਲਿਲਾ ਫਲਾਈਓਵਰ 'ਤੇ ਸਫਾਈ ਦਾ ਅਮਲਾ ਆ ਗਿਆ, ਸਫਾਈ ਸ਼ੁਰੂ ਹੋ ਗਈ, ਸਾਡੀ ਮਿੰਟਾਂ ਰੰਗ ਲੈ ਆਈਆਂ। ਅਤੇ ਇਹ ਫਲਾਈਓਵਰ ਦਾ ਜਿਹੜਾ ਪਹਿਲਾਂ ਯੂ ਟਰਨ ਤੋਂ ਥੋੜ੍ਹਾ ਜਿਹਾ ਪਿੱਛੇ ਜਨਾਬ ਜਾਂ ਵੱਡੀਆਂ ਦੋ ਗੱਡੀਆਂ ਉਹ ਸਾਹਮਣੇ ਇੱਦਾਂ ਦਿਆ ਮਿਸਤਰੀ ਦਾ ਕੰਮ ਕਰਦੇ ਆ, ਇੱਥੇ ਗੱਡੀਆਂ ਦੀ ਰਿਪੇਅਰਿੰਗ ਸ਼ਪੇਅਰਿੰਗ, ਗੱਡੀ ਦਾ ਇੰਜਨ ਦਾ ਕੰਮ, ਜਿਹੜਾ ਟੁੱਟ ਪਾ ਜਿੱਟਾ ਰੰਗ ਰੋਗਣ ਵਗੈਰਾ ਜੋ ਵੀ ਨਾ ਉਹ ਕਰਨ ਵਾਲੇ। ਅਤੇ ਮੈਂ ਕਿਹਾ ਚਲੋ ਗੱਡੀ ਮਾਸ਼ਾਅੱਲਾ ਬੜੀ ਸੋਹਣੀ ਹੈ, ਖੂਬਸੂਰਤ ਹੈ, ਇਹ ਵੀ ਤੁਹਾਨੂੰ ਦਿਖਾ ਦਈਏ ਜਨਾਬ ਲਾਹੌਰ ਦੇ ਵਿੱਚ। ਇੱਥੋਂ ਜਿੰਨਾ ਵੇਲੇ ਅਸੀਂ ਆ ਕੇ ਦੂਜੀ ਸਾਈਡ 'ਤੇ ਜਿੱਥੇ ਕੱਲ੍ਹ ਅਸਫਾਲਟ ਤਿਆਰ ਹੋਇਆ, ਇਹ ਸੜਕ ਜਿੱਥੇ ਮੈਂ ਜਾ ਰਿਹਾ ਇਹ ਪਹਿਲੇ ਬਣਿਆ ਵੇ, ਅਤੇ ਇਹ ਕੱਲ੍ਹ ਜਿਹੜਾ ਅਸਫਾਲਟ ਤਿਆਰ ਹੋਇਆ, ਯਾਨੀ ਕਿ ਸੜਕ ਕੱਲ੍ਹ ਚੱਲ ਬਣੀ ਹੈ, ਸੈਂਟਰ ਨਾ ਛੱਡਿਆ ਅੱਲਾ ਜਾਣੇ ਕਿਉਂ ਛੱਡਿਆ, ਇਹਦੇ 'ਤੇ ਵੇਖਦੇ ਹਾਂ ਕੀ ਬਣਦਾ ਹੈ, ਜਾਂ ਹੋ ਸਕਦਾ ਇਹਦੇ ਦੇ ਵਿੱਚ ਕੋਈ ਫੁੱਟਪਾਥ ਟਾਈਪ ਬਣਾਵਣ। ਇਹ ਪਹਿਲਾ ਯੂ ਟਰਨ ਸ਼ਾਦਰੇ ਵੱਲੋਂ ਆਈਏ, ਪਹਿਲਾ ਯੂ ਟਰਨ ਇੱਧਰ ਗੁਜਰਾਂ ਵੱਲੋਂ ਆਈਏ, ਇਸੇ ਮਰੀਦ ਕੇ ਵੱਲੋਂ ਆਈਏ, ਅਤੇ ਤੀਸਰਾ ਯੂ ਟਰਨ ਬਣਦਾ। ਅਤੇ ਇਹ ਜਿੱਥੇ ਤੁਸੀਂ ਵੇਖਦੇ ਪਏ ਹੋ ਰੁਕਾਵਟ ਬਣਾਈ ਹੈ, ਇਹ ਰੁਕਾਵਟ ਦੀ ਅਗਲੀ ਸਾਈਡ 'ਤੇ ਜਿਹਨਾਂ ਕੋਈ ਲੋਕ ਸੋਸਾਇਟੀ ਨੇ, ਇਹਦੇ 'ਤੇ ਅੱਜ ਅਸਫਾਲਟ ਦੀ ਤਿਆਰੀ ਸ਼ੁਰੂ ਕਰ ਦਈਏ, ਇਹਦਾ ਅਸਫਾਲਟ ਪੈਣਾ ਸ਼ੁਰੂ ਹੋ ਜਾਏਗਾ ਇਨਸ਼ਾਅੱਲਾ। ਅੱਜ ਇਹਦਾ ਤਾਂ ਵੀ ਅਸਫਾਲਟ ਤਿਆਰ ਹੋ ਜਾਏਗਾ। ਮਾਮਿਆਂ ਕਲੋਨੀ ਫਾਟਕ ਦੇ ਪਹਿਲੇ ਹਿੱਸੇ 'ਤੇ ਕੋਈ ਥੋੜ੍ਹਾ ਟੁੱਟਾ ਹੈ, ਉਹ ਵੀ ਤੁਹਾਨੂੰ ਦਿਖਾਉਣਾ ਮੈਂ ਥੋੜ੍ਹੇ ਜਿਹੇ ਅੱਗੇ ਚੱਲ ਕੇ, ਉਹਦਾ ਵੀ ਅਸਫਾਲਟ ਤਿਆਰ ਹੋ ਜਾਏਗਾ।
ਕਿਉਂਕਿ ਉੱਥੇ ਸੁਭਾਅ ਜਦੋਂ ਮੈਂ ਵੇਖਣ ਵੀਡੀਓ ਬਣਾ ਰਿਹਾ ਸੀ ਅਤੇ ਉੱਥੇ ਸਫਾਈ ਸਫੂਈ ਹੋ ਰਹੀ ਸੀ ਔਰ ਟਰੈਕਟਰ ਚੱਲਦਾ ਪਿਆ ਸੀ ਪੁੱਛੇ ਹੁੰਦੇ ਉਹ ਰੂਲਾਂ 'ਚ ਬਣਾ ਕੇ ਅਤੇ ਆ ਜਨਾਬ ਅਲੀ ਕੱਲ੍ਹ ਜਿਹੜਾ ਜਿੱਥੇ ਦਨੋਹਾ ਸੀ ਨਾ ਟਰੱਕ ਉਹ ਲੋਕ 'ਚ ਸੁੱਟਦਾ ਪਿਆ ਸੀ ਯਾਨੀ ਕਿ ਇਹ ਵਿਚਕਾਰਲਾ ਯੂ ਟਰਨ ਦੋਵਾਂ ਸਾਈਡਾਂ 'ਤੇ ਨਾ ਵਿਚਕਾਰਲਾ ਸੈਂਟਰ ਵਾਲਾ ਮਾਮੀਆ ਕਲੋਨੀ ਬਾਜ਼ਾਰ ਦੇ ਐਨ ਬਿਲਕੁਲ ਸਾਹਮਣੇ ਜਿਹੜਾ ਯੂ ਟਰਨ ਨੇ ਉੱਥੇ ਕੱਲ੍ਹ ਦਾ ਅਸਫਾਲਟ ਪੈ ਚੁੱਕਿਆ ਔਰ ਉਹਨੂੰ ਚਾਲੂ ਵੀ ਕਰ ਦਿੱਤਾ ਗਿਆ ਹੈ ਅਤੇ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਗੱਡੀਆਂ ਖਲੋਤੀਆਂ ਨੇ ਅਸਫਾਲਟ ਪਾਉਣ ਵਾਲੀਆਂ ਅਤੇ ਇਹ ਜਿਹਨਾਂ ਵੇਲੇ ਅੱਜ ਪਾਰਕਿੰਗ ਵਾਲਾ ਜਗ੍ਹਾ ਖਾਲੀ ਪਈ ਹੈ ਸ਼ਾਇਦ ਇਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ ਕਿਉਂਕਿ ਪਾਣੀ ਪੂਣੀ ਤੋਂ ਰੋਕਿਆ ਹੋਇਆ ਨੇ ਇੱਥੇ ਵੀ ਕੋਈ ਕੰਮ ਸ਼ੁਰੂ ਕਰਨਾ ਮਤਲਬ ਇੱਥੇ ਅੰਦਰ ਫੁੱਟਪਾਥ ਜੋ ਵੀ ਇਹਨਾਂ ਕਰਨਾ ਤਿਆਰੀ ਤਿਆਰ ਢੰਗ 'ਚ ਪਤਾ ਲੱਗ ਜਾਏਗਾ ਕੀ ਕਰਦੇ ਨੇ ਅਤੇ ਉਹਦੇ ਨਾਲ ਨਾਲ ਜਿੰਨਾ ਵੇਲੇ ਡਰੇਨ ਵਰਕ ਜਿਹੜਾ ਤਕਰੀਬਨ ਕੰਪਲੀਟ ਹੋ ਚੁੱਕਿਆ ਹੈ ਮਾਮੀਆ ਕਲੋਨੀ ਬਾਜ਼ਾਰ ਜਿਹੜਾ ਸੀ ਮੇਨ ਬਾਜ਼ਾਰ ਉਹਦੇ ਅੱਗੇ ਜਿਹੜਾ ਡਰੇਨ ਸੀ ਜਾਣੀ ਕਿ ਨਾਲਾ ਉਹਦਾ ਲੈਂਟਰ ਵੀ ਪੈ ਚੁੱਕਿਆ ਬਲਕਿ ਅੱਜ ਲੈਂਟਰ ਖੋਲ੍ਹਦੇ ਪਏ ਨੇ ਔਰ ਇਹਦੀ ਜਿਹੜੀ ਹੈ ਸਾਈਡਾਂ ਹੈ ਉਹ ਅੱਜ ਭਰ ਦੇਣਗੇ ਸ਼ਾਮ ਤੋਂ ਅਤੇ ਕੱਲ੍ਹ ਤੋਂ ਇਹ ਰੈਗੂਲਰ ਸ਼ੁਰੂ ਹੋ ਸਕਦਾ ਉਮੀਦ ਤਾਂ ਬੜੀ ਹੈ ਬਾਕੀ ਕਨਫਰਮ ਪਤਾ ਲੱਗੇਗਾ ਜਦੋਂ ਇਹ ਖਾਲੀ ਜਗ੍ਹਾ ਪੂਰ ਕਰ ਲੈਣਗੇ ਅੱਛਾ ਜੀ ਮਾਮੀ ਕਲੋਨੀ ਫਾਟਕ ਜਿਹੜੇ ਗੁਜਰਾਂਵਾਲਾ ਰੋਡ ਹੈ ਨਾ ਗੁਜਰਾਂਵਾਲਾ ਵਾਲਾ ਇਸ ਜਗ੍ਹਾ ਉੱਤੇ ਲੈ ਕੇ ਅਤੇ ਫਾਟਕ ਕ੍ਰਾਸ ਕਰਨ ਤੱਕ ਇਹ ਡਰੇਨ ਵਰਕ ਜੇ ਕੰਮ ਬਾਕੀ ਹੈ ਮਤਲਬ ਇੱਥੇ ਨਾ ਉਹ ਨਾਲਾ ਬਣਾਇਆ ਅਤੇ ਨਾ ਹੀ ਮੈਂ ਕੋਈ ਅਮਲ ਦਰਾਮਦ ਕੀਤਾ ਗਿਆ ਇਹ ਤੁਹਾਨੂੰ ਦਿਖਾਉਣਾ ਵਾ ਉਹ ਜਿੱਥੋਂ ਸ਼ੁਰੂ ਕੀਤਾ ਉੱਥੋਂ ਲੈ ਕੇ ਇਹ ਮਾਮੀ ਕਲੋਨੀ ਫਾਟਕ ਆ ਗਿਆ ਫਾਟਕ ਦੀ ਅਗਲੀ ਸਾਈਡ 'ਤੇ ਇਹ ਨਾਲਾ ਨਹੀਂ ਹੈਗਾ ਇਹ ਤਾਂ ਵੈਸੇ ਇਹਨਾਂ ਬਣਾਇਆ ਨਾ ਉਹ ਰਹਿੰਦੇ ਜੰਗਲੇ ਜੁੰਗਲੇ ਵਾਸਤੇ ਜਿਹੜਾ ਟ੍ਰੇਨ ਹੁੰਦੀ ਤਾਂ ਫਾਟਕ ਬੰਦ ਕਰਦੇ ਨੇ ਨਾ ਇਹ ਟ੍ਰੇਨ ਲੰਘੀ ਸੀ ਤਾਂ ਬਾਅਦ 'ਚ ਉਸ ਬਾਅਦ ਸਫਾਈ ਕਰਨ ਲੱਗ ਪਏ ਨੇ ਇਹ ਥੋੜ੍ਹਾ ਜਿਹਾ ਅੱਗੇ ਚਲੀਏ ਅਤੇ ਇਹ ਤੁਹਾਨੂੰ ਉਹ ਸਾਹਮਣੇ ਗੱਤਾ ਜਿਹਾ ਨਜ਼ਰ ਆ ਰਿਹਾ ਹੈ ਇਹ ਕਿਸੇ ਤੁਹਾਨੂੰ ਜਨਾਬ ਲਈ ਬਿਲਕੁਲ ਵਾਜ਼ੇ ਦਿਖਾਉਂਦੇ ਹਾਂ ਜੀ ਇਹ ਜੀ ਗੱਤਾ ਗੱਤਾ ਲਾ ਕੇ ਫਿਲਹਾਲ ਇਹ ਨਾਲੇ ਨੂੰ ਬੰਦ ਕੀਤਾ ਹੋਵੇ ਉੱਥੋਂ ਲੈ ਕੇ ਤਾਂ ਇਹ ਟੋਟਾ ਜੀ ਨਾਲੇ ਦਾ ਬਣਨ ਨਾਲ ਬਾਕੀ ਅਤੇ ਨਾਲੇ ਵਿੱਚ ਪਾਣੀ ਪੂਣੀ ਅਤੇ ਗੰਦ ਗੁੰਦ ਇਕੱਠਾ ਹੋ ਗਿਆ ਬਾਰਿਸ਼ਾਂ ਦਾ ਪਾਣੀ ਵਗੈਰਾ ਅਤੇ ਆਹ ਜਿਹੜੀ ਸੜਕ ਦੁਕਾਨਾਂ ਨਜ਼ਰ ਆ ਇੱਥੇ ਤੱਕ ਡਾਹ ਡਵੱਈਆ ਵੀ ਆਉਣਾ ਹੈ ਅਤੇ ਇਹ ਜਨਾਬੇ ਲਈ ਗੁਜਰਾਂ ਵੱਲੋਂ ਆਈਏ ਅਤੇ ਪਹਿਲਾਂ ਯੂ ਟਰਨ ਅਤੇ ਸ਼ਾਦਰੇ ਵੱਲੋਂ ਆਈਏ ਅਤੇ ਲਾਸਟ ਯੂ ਟਰਨ ਬਣਦਾ ਆਵੇ ਅਤੇ ਸੜਕ ਮਾਸ਼ਾਅੱਲਾ ਠੀਕ ਠਾਕ ਬਣ ਗਈ ਹੈ ਅੱਛਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਫਾਟਕ ਦੀ ਪਰਲੀ ਸਾਈਡ ਤੋਂ ਥੋੜ੍ਹਾ ਜਿਹਾ ਟੋਟਾ ਰਹਿੰਦਾ ਅਸਫਾਲਟ ਤਿਆਰ ਹੋਣ ਵਾਲਾ ਇਹ ਉਹ ਵੇ ਇਹ ਨਾ ਟਰੈਕਟਰ ਆ ਗਿਆ ਔਰ ਇਹਦੇ 'ਤੇ ਹੁਣ ਸਫਾਈ ਦਾ ਅਮਲ ਸ਼ੁਰੂ ਹੋ ਜਾਏਗਾ ਇਹ ਕਿੱਥੋਂ ਤੱਕ ਕਰਨੀ ਬਣਿਆ ਇੱਥੋਂ ਲੈ ਕੇ ਜਨਾਬਿਆਂ ਲਈ ਅੱਗੇ ਫਾਟਕ ਆ ਗਿਆ ਫਾਟਕ ਤੱਕ ਇਹਨੇ ਸੜਕ ਨੇ ਤਿਆਰ ਹੋਣਾ ਜਾਂ ਅਸਫਾਲਟ ਕਹਿ ਲਓ ਸੜਕ ਕਹਿ ਲਓ ਪੱਕੀ ਸੜਕ ਜਿਹੜੀ ਹੈ ਉਹ ਤਿਆਰ ਹੋਣੀ ਹੈ ਲਓ ਜਨਾਬ ਲਈ ਇਹ ਰੇਲਵੇ ਟਰੈਕ ਆ ਗਿਆ ਰੇਲਵੇ ਲਾਈਨ ਆ ਗਈ ਇੱਥੇ ਕਾਰੀਗਰ ਕੰਮ ਕਰ ਰਹੇ ਨੇ ਇਹ ਵੇਖੋ ਦੜਾ ਦੜ ਲੱਗੇ ਨੇ ਚੱਲ ਵੀ ਜਵਾਨ ਫਿਰ ਮੈਂ ਜਨਮ ਕਰ ਰਿਹਾ ਜ਼ੋਰ ਦੀ ਕਰ ਲਾ ਵੀਡੀਓ ਤੇਰੀ ਪਾ ਰਹੀ ਹੋ ਤੂੰ ਥੱਕ ਗਿਆ ਬਤੋਰੇ ਠੀਕ ਹੈ Thank you.
ਇਹ ਫਾਟਕ ਬੰਦ ਹੋਣ ਦੇ ਵਿੱਚ ਜਾਂ ਤੂੰ ਇਹ ਜਿਹੜਾ ਯੂ ਟਰਨ ਇੱਥੋਂ ਆਮ ਇੱਥੇ ਰੋਕ ਕੇ ਫਾਟਕ ਦੂਜੀ ਸਾਈਡ ਨੂੰ ਕ੍ਰਾਸ ਕਰਕੇ ਅਤੇ ਫਿਰ ਅੱਗੇ ਜਾ ਕੇ ਇਸ ਰੋਡ 'ਤੇ ਹੋ ਰਹੀ ਹੈ। ਕੁਛ ਦਿਨ ਦੀ ਤੰਗੀ ਹੈ, ਫਿਰ ਠੀਕ ਹੋ ਜਾਏਗੀ ਇਨਸ਼ਾਅੱਲਾ। ਅਤੇ ਅੱਜ ਦਾ ਵਲੋਗ ਇੱਥੇ ਖਤਮ ਕਰਨੇ ਆ, ਅਗਲੇ ਵਲੋਗ ਤੱਕ ਇਜਾਜ਼ਤ ਚਾਹਵਾਂਗੇ ਤੁਹਾਡੇ ਕੋਲੋਂ। ਅੱਲਾ ਪਾਕ ਤੁਹਾਡਾ ਮੇਰਾ ਹਾਮੀ ਨਸਰ ਹੋਵੇ। ਤਾਜਦਾਰੇ ਖਤਮੇ ਨਬੂਵਤ, ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।